ਚਾਨਣੀ ਨੇ ਪੁੰਨਿਆ ਤੇ ਜਲ ਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਚਾਨਣੀ ਨੇ ਪੁੰਨਿਆ ਤੇ ਜਲ ਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਦਿਆ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਹਾਨ ਸੀ। ਉਹ ਰਿਸ਼ਮਾ ਨੇ ਦੂਦਿਆ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਹਾਨ ਸੀ। ਸਾਰੇ ਤੋਂ ਪਹਿਲੀ ਵਾਰੀ ਮੈਂ ਉਹਨਾਂ ਨੂੰ ਪ੍ਰੀ ਵੈਡਿੰਗ ਦੇ ਉੱਪਰ ਅਸੀਂ ਇਕੱਠੇ ਹੋਏ ਸੀਗੇ। ਬੜਾ ਉਹ ਆਪਣੇ ਪਰਿਵਾਰ ਤੋਂ ਬੜਾ ਇਸ ਤਰ੍ਹਾਂ ਦੇ ਨੇ ਕਿ ਬਈ ਜਿਵੇਂ ਆਪਾਂ ਸਮਝਦੇ ਹਾਂ ਕਿ ਕੁੜੀਆਂ ਆਪਣੇ ਪਰਿਵਾਰਾਂ ਤੋਂ ਡਰਦੀਆਂ ਨੇ, ਇੱਜ਼ਤ ਆਬਰੂ ਵਾਲੀ ਹੈ। ਅਤੇ ਅਸੀਂ ਫਸਟ ਟਾਈਮ ਉੱਥੇ ਪ੍ਰੀ ਵੈਡਿੰਗ ਦੇ ਉੱਪਰ ਇਕੱਠੇ ਹੋਏ ਸੀਗੇ ਔਰ ਬੜੇ ਉਹ ਕੋਆਪਰੇਟਿਵ ਨੇਚਰ ਦੇ ਨੇ। ਸਾਰਾ ਸਾਡਾ ਬੜਾ ਵਧੀਆ ਉੱਥੇ ਦਿਨ ਲੰਘਿਆ, ਉਹਨਾਂ ਨੂੰ ਮਿਲ ਕੇ ਬੜਾ ਐਂ ਲੱਗਿਆ ਬਈ ਐਜ਼ ਏ ਪਾਰਟ ਅਟੈਚ ਹੋ ਗਏ ਨੇ। ਅਤੇ ਬੜਾ ਬਹੁਤ ਵਧੀਆ ਮਤਲਬ ਉਹਨਾਂ ਦਾ ਸੁਭਾਅ ਹੈ ਔਰ ਬਹੁਤ ਵਧੀਆ ਨੇਚਰ ਹੈ ਔਰ ਬੜੇ ਡਾਊਨ ਟੂ ਅਰਥ ਨੇ। ਪੈਸੀ ਹੋ ਕੇ ਲੱਟ ਬੋਰੇ ਜੀ, ਸ਼ਰਾਬੀ ਹੋ ਗਏ ਪੋਰੇ, ਪੀ ਕੇ ਤੁਪਕਾ ਤਰੇਲ ਦਾ। ਰੁੱਖਾਂ ਥੱਲੇ ਡਿੱਗੇ ਪੈਸੀ ਹੋ ਕੇ ਲੱਟ ਬੋਰੇ, ਸ਼ਰਾਬੀ ਹੋ ਗਏ ਪੋਰੇ, ਪੀ ਕੇ ਤੁਪਕਾ ਤਰੇਲ ਦਾ। ਸ਼ੋਖ ਜਿਹੀਆਂ ਸ਼ੋਖ ਜਿਹੀਆਂ ਸ਼ੋਖ ਜਿਹੀਆਂ ਮੈਕਾਂ ਨੇ ਫਿਆ ਕੇ ਸਮਝਾਇਆ, ਸੁਰਖਾਬ ਨੂੰ ਬੁਲਾਇਆ, ਜੋ ਤਰੀਕਾ ਦੱਸੇ ਮੇਲ ਦਾ। ਜਿਹੀਆਂ ਮੈਕਾਂ ਨੇ ਫਿਆ ਕੇ ਸਮਝਾਇਆ, ਸੁਰਖਾਬ ਨੂੰ ਬੁਲਾਇਆ, ਜੋ ਤਰੀਕਾ ਦੱਸੇ ਮੇਲ ਦਾ। ਸਾਡੇ ਬੇਟੇ ਦੀ ਸ਼ਾਦੀ ਹੈ, ਸਾਨੂੰ ਬਹੁਤ ਖੁਸ਼ੀ ਹੈ। ਸਾਡੇ ਰਿਸ਼ਤੇਦਾਰ ਪਰਿਵਾਰ ਭੈਣ ਭਾਈ ਇਕੱਠੇ ਹੋਏ ਹਾਂ ਇਸ ਖੁਸ਼ੀ ਦੇ ਮੌਕੇ 'ਤੇ। ਸਾਡੇ ਬੇਟਾ ਐਡਵੋਕੇਟ ਹੈ ਸੰਗਰੂਰ, ਉਹਦੀ ਨੇਚਰ ਬਹੁਤ ਵਧੀਆ ਹੈ। ਇਹ ਜਿਹੜਾ ਦਿਨ ਹੁੰਦਾ ਬੱਚਿਆਂ ਦੀ ਸ਼ਾਦੀ ਦਾ, ਇਹ ਜ਼ਿੰਦਗੀ ਦਾ ਸਾਰਿਆਂ ਨੂੰ ਵੱਡਾ ਦਿਨ ਹੁੰਦਾ। ਇਸ ਦਿਨ ਦੀ ਅਸੀਂ ਬਹੁਤ ਦਿਨਾਂ ਤੋਂ ਇੰਤਜ਼ਾਰ ਕਰਦੇ ਹਾਂ। ਸਾਡਾ ਪਰਮਾਤਮਾ ਦਾ ਬਹੁਤ ਹੀ ਧੰਨਵਾਦ ਆ, ਸਾਡੀ ਜ਼ਿੰਦਗੀ 'ਚ ਇਹ ਦਿਨ ਆਇਆ। ਇਹ ਅਸੀਂ ਆਪਣੇ ਆਪ ਨੂੰ ਬਹੁਤ ਹੀ ਕਰਮਾਂ ਵਾਲੇ ਸਮਝਦੇ ਹਾਂ। ਸਾਡੇ ਬੱਚੇ ਬਹੁਤ ਲਾਇਕ ਨੇ, ਇਹਨਾਂ ਨੂੰ ਰੱਬ ਤੰਦਰੁਸਤੀ ਦੇਵੇ, ਕਾਮਯਾਬੀ ਦੇਵੇ, ਇਹ ਵਧਣ ਫੁੱਲਣ, ਆਪਦੀ ਜ਼ਿੰਦਗੀ 'ਚ ਕਾਮਯਾਬ ਹੋਣ। ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ।